ਸਾਰੇ ਪ੍ਰਧਾਨਗੀ ਮੰਡਲ ਨੂੰ, ਸਰਦਾਰ ਮੱਲ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਅਕਾਲ ਪੁਰਖ ਨੇ ਉਹਨਾਂ ਨੂੰ ਸ਼ਕਤੀ ਬਖਸ਼ੀ ਹੈ। ਚਲੋ ਇੱਕ ਹੋਰ ਗੁਰੂ ਗ੍ਰੰਥ ਸਾਹਿਬ ਸ਼ਬਦ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸ਼ੁਕਰ ਹੈ ਇੰਨੇ ਕੁ ਛਿੱਤਰ ਖਾ ਕੇ ਸਾਨੂੰ ਥੋੜ੍ਹਾ ਥੋੜ੍ਹਾ ਚੇਤਾ ਆਉਣ ਲੱਗਿਆ ਬਈ ਕੋਈ ਸਾਡਾ ਰੱਬ ਰਹਿ ਜਿਹਾ ਵੀ ਹੈ, ਬਈ ਜਿਹੜਾ ਬਜ਼ੁਰਗ ਨਹੀਂ ਹੋਇਆ, ਪੂਰੇ ਮਨੁਵਾਦ ਦੇ ਖਿਲਾਫ ਲੜਦਾ ਲੜਦਾ ਵੀਰਗਤੀ ਨੂੰ ਪ੍ਰਾਪਤ ਹੋ ਗਿਆ। ਅਜੇ ਤਾਂ ਖੋਜ ਦਾ ਤੁਸੀਂ ਪਹਿਲਾ ਕਦਮ ਪੱਟਿਆ, ਹੋ ਸਕਦਾ ਗਲਤ ਵੀ ਹੋ ਸਕਦਾ ਠੀਕ ਵੀ ਹੋ ਸਕਦਾ, ਅਤੇ ਆਪਾਂ ਖਾਸ ਕਰ ਜਿਹੜਾ ਇਹ ਗੁਰੂ ਨਾਨਕ ਦਾ ਦੇਸ਼ ਹੈ ਨਾ, ਇਹ ਕਾਮ ਕ੍ਰੋਧ ਲੋਭ ਹੰਕਾਰ ਤੋਂ ਜਦ ਤੱਕ ਮੁਕਤ ਨਹੀਂ ਹੁੰਦਾ, ਜਦ ਤੱਕ ਇੱਕ ਦੂਜੇ ਨਾਲ ਸੰਵਾਦ ਨਹੀਂ ਰਚਾਉਂਦੇ ਗੱਲ ਨਹੀਂ ਬਣਨੀ। ਆਪਾਂ ਐਵੇਂ ਉੱਠ ਕੇ ਸਾਰੀਆਂ ਗੱਲਾਂ ਦੀ ਕਹੀਏ ਉਹ ਵਧੀਆ ਨਹੀਂ ਲੱਗਦੀਆਂ। ਸੋ ਮੈਂ ਜਿੰਨੇ ਕੁ ਵੀ ਬੁਲਾਰੇ ਬੋਲੇ ਨੇ ਸਿੱਖ ਧਰਮ ਦੇ ਹੱਕ 'ਚ ਬੋਲੇ ਨੇ, ਪਰ ਮੇਰਾ ਖਿਆਲ ਹੈ ਵੀ ਆਪਣੀ ਆਪਣੀ ਆਤਮਾ ਆਪਣੇ ਆਪਣੇ ਦਿਲ 'ਚ ਝਾਤੀ ਮਾਰ ਕੇ ਦੇਖਿਓ। ਦਲਤਾਂ ਨੂੰ ਕਿਸੇ ਨੇ ਕਦੇ ਗਲੇ ਲਾਇਆ? ਮੇਰੇ ਪਿੰਡ ਦਾ ਗੁਰਦੁਆਰਾ 5 ਜਾਂ 6 ਕਰੋੜ ਦਾ ਬਣਿਆ ਹੋਇਆ ਜੀ। ਚਲੋ ਅਸੀਂ ਵੀ ਮੈਂ ਮੱਝ ਵੀ ਸਿੱਖਾਂ 'ਚੋਂ, ਪਰ ਜ਼ਿਮੀਂਦਾਰ ਹਾਂ, ਇਸ ਲਈ ਅਸੀਂ ਆਪਣਾ ਹਿੱਸਾ ਸਾਰੇ ਪਾਉਂਦੇ ਨੇ। ਮੈਂ ਤੁਹਾਨੂੰ ਇੱਕ ਅਫਸੋਸ ਦੀ ਗੱਲ ਦੱਸਣਾ ਵੀ ਮੇਰੀ ਲੱਤ 'ਤੇ ਆ ਮੇਰਾ ਸਾਰਾ ਗੜਬੜ ਹੋਇਆ ਹੋਇਆ। ਮੈਂ ਭਾਈ ਜੀ ਨੂੰ ਫੋਨ ਕਰਕੇ ਪੁੱਛਿਆ, ਮੈਂ ਕਿਹਾ ਯਾਰ ਬਈ ਮੈਂ ਕੱਲ੍ਹ ਨੂੰ ਉੱਥੇ ਸੈਮੀਨਾਰ 'ਤੇ ਜਾਣਾ, ਮੈਨੂੰ 5 ਪਿਆਰਿਆਂ ਦੀ ਜਗ੍ਹਾ ਦੱਸ ਦੇ ਵੀ ਕਿਹੜਾ ਪਿਆਰਾ ਕਿਹੜੀ ਜਗ੍ਹਾ ਤੋਂ ਸੀ। ਬਾਕੀ ਬਸ ਕੋਈ ਨਹੀਂ ਸੀ ਜੀ, ਉਹ ਸਾਰੇ ਬੱਸਾਂ ਐਵੇਂ ਸੀ ਜੀ, ਉਹਨਾਂ 'ਚ ਜੱਟ ਦਾ ਕੋਈ ਨਹੀਂ ਸੀ, ਜੱਟ ਤਾਂ ਮੈਂ ਹੀ ਹਾਂ। ਲੱਖ ਲਾਣਤ ਮੇਰੇ ਜਿਹਨੇ ਇਹੋ ਜਿਹੇ ਲੋਕਾਂ ਨਾਲ ਸੰਵਾਦ ਰਚਾਇਆ। ਇਸ ਲਈ ਸਿੱਖ ਧਰਮ 'ਤੇ ਜਦ ਤੱਕ ਅਸੀਂ ਟੀਕਾ ਟਿੱਪਣੀ ਨਹੀਂ ਕਰਾਂਗੇ, ਸਾਡਾ ਵਿਕਾਸ ਆ ਜਿਹੜਾ ਨਹੀਂ ਰੁਕੇਗਾ। ਗੁਰੂ ਨਾਨਕ ਸਾਹਿਬ ਜਦੋਂ ਵੀ ਕਿਤੇ ਗਏ, ਸ਼ੂਦਰਾਂ ਦੇ ਘਰ ਹੀਰ ਠਹਿਰੇ, ਕਿਉਂਕਿ ਮੈਂ ਵੀ ਹਿਸਟਰੀ ਦਾ ਸਟੂਡੈਂਟ ਰਿਹਾ, ਮਾਓ ਬਾਪੂ ਰਿਹਾ ਜੀ। ਮੈਂ 9 ਸਾਲ ਮੈਂ ਕੈਦ ਕੱਟੀ ਹੈ ਇੱਥੇ ਚੱਕੀ ਦੇ ਵਿੱਚ, ਜਿੱਥੇ ਕਿਤੇ ਲਾਈਟ ਨਹੀਂ ਆਉਂਦੀ ਹੁੰਦੀ। ਮੈਂ ਉੱਥੇ ਵੀ 8.5 ਮਹੀਨੇ ਕੱਟੇ ਨੇ। 77 ਦੇ 13 ਜੂਨ ਨੂੰ ਮੈਂ ਉੱਥੋਂ ਤਿਹਾੜ ਜੇਲ੍ਹ 'ਚੋਂ ਰਿਲੀਜ਼ ਹੋਇਆ ਸੀ। ਇਹਨਾਂ ਨੇ ਕਿਸੇ ਹੋਰ ਮੰਤਵ ਲਈ ਸਾਰਾ ਕੁਛ ਕੀਤਾ, ਮੈਂ ਵੀ ਲੋਕਾਂ ਲਈ ਲੋਕਾਈ ਲਈ ਕੀਤਾ। ਲਾਲ ਸਿੰਘ ਭਾਮੀਆਂ ਜੀ ਬੈਠੇ ਨੇ ਮੇਰੇ ਨਾਲ, ਮੈਂ ਨਾਲ ਹੀ ਚੇਅਰਮੈਨ ਰਿਹਾ ਬਲੋਕ ਦਾ ਅਕਾਲੀ ਦਲ, 15 ਸਾਲ ਸੇਵਾ ਕੀਤੀ ਹੈ। ਹੁਣ ਆਈ ਆਪਾਂ ਮੂਲ ਮੁੱਦੇ ਵੱਲ। ਬਹੁਤ ਲੋਕ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਪਹਿਲਾ ਖਾਲਸਾ ਰਾਜ ਸੀ। ਮੇਰਾ ਇਹ ਸਵਾਲ ਹੈ, ਬੜੇ ਦੁੱਖ ਦੀ ਗੱਲ ਹੈ ਮੱਲ ਸਿੰਘ ਜੀ, ਧਿਆਨ 'ਚ ਰੱਖਿਓ, ਬਾਬਾ ਬੰਦਾ ਸਿੰਘ ਬਹਾਦਰ ਨੇ 12 ਮਿਸਲਾਂ ਬਣਾਈਆਂ ਸੀ, ਜਿਹਨਾਂ ਜਦੋਂ ਮਜ਼੍ਹਬੀ ਸਿੱਖਾਂ ਦੀਆਂ ਮਿਸਲਾਂ ਸੀ। ਲਾਹੌਰ ਵਾਲੀ ਮਿਸਲ ਜਿਹਦਾ ਨਾਂ ਸੁਰਜੀਤ ਸਿੰਘ ਭੰਜੀਆਂ ਵਾਲੀ ਮਿਸਲ ਕਹਿੰਦੇ ਸੀ। ਦੂਜੀ ਮਿਸਲ ਸ਼ਹੀਦਾਂ ਜਿਹੜੀ ਬਾਬਾ ਦੀਪ ਸਿੰਘ ਵਾਲੀ ਸੀ, ਜਿਹਦੀ ਉਦੋਂ ਅਕਾਲੀ ਫੂਲਾ ਸਿੰਘ ਜੀ ਜਥੇਦਾਰ ਹੋਇਆ ਕਰਦੇ ਸੀ। ਇਹ ਰਾਜ ਕਿੱਥੋਂ ਕਾਇਮ ਹੋਇਆ? ਮੇਰੀਆਂ ਗੱਲਾਂ ਨੂੰ ਧਿਆਨ ਰੱਖੋ, ਮੈਂ ਹਿਸਟਰੀ ਦਾ ਸਟੂਡੈਂਟ ਹਾਂ। ਮੈਂ ਨਿਰੰਤਰ ਜਿਹੜੇ ਉਹ 8 ਮਹੀਨੇ ਮੈਂ ਅੰਦਰ ਰਿਹਾ ਨਾ, ਜਿੱਥੇ ਲਾਈਟ ਨਹੀਂ ਸੀ, ਕੁਛ ਨਹੀਂ ਸੀ, ਜਿੱਥੇ ਟੋਇਲਟ ਕਰਕੇ ਉਸੇ ਜਗਣਾ ਪਾਣੀ ਪੀਂਦਾ ਸੀ, ਉਦੋਂ ਮੈਨੂੰ ਵੀ ਵਾਹਿਗੁਰੂ ਯਾਦ ਆਇਆ ਸੀ।
ਮੈਂ ਤੁਹਾਡੇ ਨਾਲ ਆਪਣੇ ਦਰਦ ਸਾਂਝੇ ਕਰ ਰਿਹਾ। ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਸੀ, ਮੈਂ ਇਹ ਦੋਸ਼ ਲਾ ਰਿਹਾ, ਮੈਨੂੰ ਕਲੀਅਰ ਕਰੋ ਕਿ ਉਹ ਸਿੱਖਾਂ ਦਾ ਘਾਣ ਕਰਕੇ ਨਹੀਂ ਸੀ ਆਇਆ। ਮੇਰਾ ਪਹਿਲਾ ਦੋਸ਼ ਹੈ, 12 ਮਿਸਲਾਂ ਖਤਮ ਹੋਈਆਂ, 12 ਦੀ ਲੜਾਈ ਹੋਈ, ਬੀਬੀ ਸਦਾ ਕੌਰ, ਸ਼ੁਕਰ ਚੱਕੀਆ ਜੀ, ਕਨਈਆ ਮਿਸਲਾਂ ਨੇ ਸਾਰਿਆਂ ਨੇ ਹਮਲਾ ਕਰਕੇ ਉਹ ਸਾਰੀਆਂ ਜਿੰਨੀਆਂ ਜਿਹੜੀਆਂ ਦੂਜੇ ਵੀ ਜਰਨਲ ਭਾਈਚਾਰੇ ਸਾਰੇ ਸਿੱਖਾਂ ਨੂੰ ਮਾਰ ਕੇ ਰਾਜ ਕਾਇਮ ਕੀਤਾ। ਉਹਦੇ ਤੋਂ ਅਸੀਂ ਦਲਿਤ ਕੀ ਉਮੀਦ ਕਰ ਸਕਦੇ ਹਾਂ? ਮੈਂ ਅੱਜ ਵੀ ਦੇਖੋ, ਮੈਂ ਸਾਫ ਦੱਸਦਾ, ਮੈਂ ਜ਼ਿੰਮੇਵਾਰੀ ਕਰਨਾ, ਮੇਰੇ ਕੋਲ ਜ਼ਮੀਨ ਹੈ, ਪਰ ਜਿਹੜਾ ਗਰੀਬ ਜੱਟ ਅੱਜ ਵੀ ਪਿੰਡ ਦੇ ਵਿੱਚ ਉਹਨੂੰ ਕੁੱਤਾ ਜੱਟ ਕਿਹਾ ਜਾਂਦਾ, ਕੁੱਤਾ ਚੂਹਾ ਕਿਹਾ ਜਾਂਦਾ, ਕੁੱਤਾ ਚਮਾਰ ਕਿਹਾ ਜਾਂਦਾ, ਇਹ ਲਫ਼ਜ਼ ਅੱਜ ਵੀ ਜੇ ਅੰਮ੍ਰਿਤਧਾਰੀ ਗੁਰਸਿੱਖਾਂ ਦੇ ਮੂੰਹੋਂ ਨਿਕਲਦੇ ਨੇ ਤਾਂ ਤੁਹਾਡੇ ਨਾਲ ਅਸੀਂ ਕਿਉਂ ਖੜਾਂਗੇ? ਇਹ ਦਰਦ ਹੈ ਸਾਡਾ। ਜਿਹੜਾ ਕੋਈ ਡੇਢ ਕੀ ਲਿਆਣਾ ਨਾ, ਉਹਨੂੰ ਕੁੱਤਾ ਜੱਟ ਕਹਿੰਦੇ ਨੇ। ਸੋ ਤੁਸੀਂ ਇਹ ਨੋਟ ਨਹੀਂ ਕੀਤਾ। ਦੂਸਰੀ ਗੱਲ, ਮੈਂ ਉਸ ਤੋਂ ਬਾਅਦ ਬੰਬੇ ਰਿਹਾ, ਮੈਂ ਫਿਲਮਾਂ ਦਾ ਲੇਖਕ ਹਾਂ, ਪੜ੍ਹਦਾ ਵੀ ਬਹੁਤ ਹਾਂ, ਸਾਰਾ ਦਿਨ ਪੜ੍ਹਨ ਤੋਂ ਬਿਨਾਂ ਹੋਰ ਕੁਛ ਨਹੀਂ ਕਰਦਾ। ਤੁਹਾਡੀ ਇਹ ਗੱਲ, ਹਾਲੇ ਮੈਂ ਇਹਦੀ ਮਤਲਬ ਮੈਂ ਫਿਰ ਜਾ ਕੇ ਆਪਣੀਆਂ ਬੰਬੇ ਬੁੱਕਸ ਚੱਕੂੰਗਾ ਕਿ ਡਾਕਟਰ ਅੰਬੇਦਕਰ ਸਾਹਿਬ ਨੇ, ਕਿਉਂਕਿ ਮੈਂ ਇੱਕ ਪ੍ਰੋਫੈਸਰ ਹੋਰ ਹੋਏ ਨੇ ਵੱਡੇ, ਉਹਨਾਂ ਦੀ ਬੁੱਕਸ ਮੈਨੂੰ ਲੱਭੀ ਨਹੀਂ, ਮੈਂ ਕੱਲ੍ਹ ਵੀ ਲੱਭ ਰਿਹਾ ਸੀ ਜਦੋਂ ਮੈਂ ਤੁਹਾਡੀ ਕਿਤਾਬ ਪੜ੍ਹ ਕੇ ਉਹਦਾ ਅੰਤ ਕੀਤਾ। ਉਹ 'ਚ ਦੋਸ਼ ਲਾਇਆ ਹੋਇਆ ਸਰਦਾਰ ਬਲਦੇਵ ਸਿੰਘ ਜੀ, ਜਿਹੜੇ ਬਾਅਦ 'ਚ ਡਿਫੈਂਸ ਮਿਨਿਸਟਰ ਬਣੇ, ਜਿਨ੍ਹਾਂ ਨੇ ਪੂਨਾ ਪੈਕਟ ਲਾਗੂ ਕੀਤਾ, ਜਵਾਹਰ ਲਾਲ ਨਹਿਰੂ ਕੋਲ ਚੂਲੀਆਂ ਕੀਤੀਆਂ, ਜਿਹਦੇ ਅਫਜਾਨੇ 'ਚ ਜਿਹਦੇ ਇਨਾਮ ਦੇ ਵਿੱਚ ਜਿਵੇਂ ਤੇਜਾ ਸਿੰਘ ਅਤੇ ਲਾਲ ਸਿੰਘ ਡੋਗਰੇ ਨੂੰ ਸੀ, ਉਹਨੂੰ ਇਨਾਮ ਮਿਲਿਆ ਰਵਿੰਦਰ ਸਿੰਘ ਸਪੀਕਰ ਦੇ ਬਾਪ ਨੂੰ, ਉਹ ਇਨਾਮ ਕਿ ਇਹਨੂੰ ਰੋਕਿਆ ਜਾਵੇ, ਹੋ ਸਕਦਾ? ਹਾਂਜੀ ਸੋਰੀ, ਹਾਂਜੀ ਹਾਂਜੀ ਹਾਂਜੀ, ਅਤੇ ਉਹ ਮੈਂ ਫਟੀ ਜਿਹੀ ਕਿਤਾਬ ਦੇ ਉੱਤੋਂ ਲੈ ਕੇ ਪੜ੍ਹ ਕੇ, ਮਤਲਬ ਕੀ ਸਾਰਾ ਕੁਛ ਕੀ ਹੈ? ਅਸੀਂ, ਮੈਂ ਤੁਹਾਨੂੰ ਆਪਣੀ ਗੱਲ ਦੱਸਾਂ, ਜਿਸ ਦਿਨ ਤੋਂ ਮੈਂ ਲੰਕਾ ਦਾ ਇਤਿਹਾਸ ਪੜ੍ਹਿਆ, ਮੈਂ ਕਦੇ ਰਾਮ ਦੇ ਮੰਦਰ ਨੂੰ ਦੇਖਦਾ ਵੀ ਨਹੀਂ, ਕਿਉਂਕਿ ਰਾਵਣ ਸਾਡਾ ਸੀ ਔਰ ਅਸੀਂ ਕਿੱਡੇ ਨੇ ਕੁਛ ਲੋਕ ਹਾਂ। ਮੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਅਸੀਂ ਲੋਕ, ਮੈਂ ਇੱਕ ਦਿਨ ਉਦਘਾਟਨ ਕਰ ਗਿਆ ਸ਼ਾਇਦ ਭਾਮੀਆਂ ਜੀ ਵੀ ਮਿਲਣਾ ਸੀ, ਸਰਨੀ ਢਿੱਲੋਂ ਜੀ, ਜਗੀਰਪੁਰ ਰਾਵਣ ਨੂੰ ਸਾੜਨ ਦੀ ਮੈਨੂੰ ਡਿਊਟੀ ਲਾ ਦਿੱਤੀ, ਆ ਜਗੀਰਪੁਰ ਪਿੰਡਾਂ ਨਾਲ ਔਰ ਲੱਖ ਲਾਂ 'ਚ ਉਹਨਾਂ ਲੋਕਾਂ ਦੇ ਸਾਰੇ ਸਾਡੇ ਭਾਈਚਾਰੇ ਦੇ ਲੋਕ, ਸਰਪੰਚ ਵੀ ਸਾਡੇ ਭਾਈਚਾਰੇ ਦਾ, ਆ ਵਿਜੇ ਦਾਨਵ ਨੂੰ ਚਾਹੇ ਬਾਲਮੀਕ ਹੈ ਭਾਈਚਾਰਾ ਜੀ, ਸਾਰੇ ਨਹੀਂ ਚੇਅਰਮੈਨ ਟੈਂਡਰ, ਮੈਂ ਹੀਰ ਗਿਆ, ਮੈਂ ਸ਼ਰਨਜੀਤ ਯਾਰ ਤੂੰ ਇਹਨੂੰ ਅੱਗ ਲਾਇਆ। ਅਸੀਂ ਲੋਕ ਇੰਨੇ ਕੁ ਕੁੱਟੇ ਹੋਏ ਹਾਂ, ਇੰਨੇ ਕੁ ਟੁੱਟੇ ਹੋਏ ਹਾਂ, ਸਾਨੂੰ ਇਹ ਸਮਝ ਨਹੀਂ ਸੀ ਆਪਦੇ ਬਜ਼ੁਰਗ ਨੂੰ ਅੱਗ ਲਾ ਕੇ ਅਸੀਂ ਖੁਸ਼ੀਆਂ ਮਨਾ ਰਹੇ ਹਾਂ, ਇਹ ਕੀ ਹੈ? ਹਾਂਜੀ ਨਹੀਂ, ਉਹ ਸਾਡੀ ਲੋਅਰ ਕਾਸਟ ਦਾ ਸੀ, ਇਹ ਸੀ ਰਾਮ ਚੰਦਰ ਹੁਣ ਸਾਡੇ ਖਿੱਤੇ ਵਿੱਚ ਪੁਰਾਤੱਤਵ ਵਿਭਾਗ ਨੇ ਜਿੰਨੀ ਕੁ ਖੁਦਾਈ ਕੀਤੀ ਉਹ 'ਚ 25,000 ਸਾਲ ਪੁਰਾਣਾ ਇੱਕੋ ਮੂਰਤੀ ਮਿਲੀ ਆ, ਉਹ ਸ਼ਿਵਜੀ ਦੀ, ਬਾਕੀ ਬ੍ਰਹਮਾ ਮਹੇਸ਼ ਵਿਜਨੂ ਰਾਮ ਨੇ 2000 ਸਾਲ ਤੋਂ ਅੱਗੇ ਕਿਸੇ ਦਾ ਕੋਈ ਇਤਿਹਾਸ ਹੀ ਨਹੀਂ ਮਿਲਦਾ ਹੈ। ਔਰ ਮੈਂ ਇੱਕ ਗੱਲ ਹੋਰ ਬੜੀ ਫਖਰ ਨਾਲ ਦੱਸਦਿਆਂ, 18,000 ਲੋਕਾਂ ਨੂੰ ਲੈ ਕੇ ਮਹਿਮੂਦ ਗਜ਼ਨਵੀ ਪਹਿਲੀ ਵਾਰੀ ਹਿੰਦੂਆਂ ਦੇ ਬੁਲਾਏ ਕੇ ਇੱਥੇ ਆਇਆ ਸੀ। ਉਹ ਤੋਂ ਬਾਅਦ ਜਿਹੜੇ ਸਾਡੇ ਵਰਗੇ ਗਲਤ ਲੋਕ ਸੀ, ਜਿਨ੍ਹਾਂ ਦਾ ਨਿੱਤ ਕੁਟਾਪਾ ਹੁੰਦਾ ਸੀ, ਜਿਨ੍ਹਾਂ ਨੂੰ ਪਿੰਡ 'ਚ ਨਹੀਂ ਸੀ ਵੜਨ ਦਿੰਦੇ, ਸਾਰੇ ਮੁਸਲਮਾਨ ਬਣੇ, ਔਰ ਉਹ ਤੋਂ ਬਾਅਦ ਇਹਨਾਂ ਦੀਆਂ ਬੋਦੀਆਂ ਰਖਾਈਆਂ, ਇਹਨਾਂ ਦੀਆਂ ਦਾੜੀਆਂ, ਉਹ ਸਾਡੇ ਲੋਕਾਂ ਨੇ ਰਖਾਈਆਂ ਸੀ ਮੁਸਲਮਾਨ ਬਣ ਕੇ। ਸਾਡੇ 'ਚ ਇਹਨਾਂ 'ਚ ਜਜ਼ਬਾ ਹੈ ਕਿ 1828 ਦੇ ਵਿੱਚ
ਮਹਾਰ ਰੈਜੀਮੈਂਟ ਨੇ ਇੱਕ 500 ਬੰਦੇ ਨੇ 28,000 ਬੰਦਾ ਮਾਰ ਕੇ ਜਿਵੇਂ ਮੱਕੀ ਦੇ ਉੱਤੇ ਕੌਣ ਟੰਗਿਆ ਹੁੰਦਾ ਛਿੱਲੀਆਂ ਨਾ ਖਾ ਜਾਣ, ਪੇਸ਼ਵਾ ਬਾਜੀ ਰਾਏ ਨੂੰ ਐਂ ਉੱਪਰ ਟੰਗ ਕੇ ਲਿਆ ਸੀ। ਉਹ ਸਾਡਾ ਇੱਕ ਬਜ਼ੁਰਗ ਸੀ, ਕਦੇ ਇਤਿਹਾਸਕਾਰਾਂ ਨੇ ਪੂਰਾ ਨਾਂ ਨਹੀਂ ਲਿਖਿਆ ਵੀ ਜਸਪਤ ਰਾਏ ਨੂੰ ਕਿਹਨੇ ਚੜ ਕੇ ਮਾਰਿਆ ਜਦੋਂ ਇਹੀ ਸਿੰਘਣੀਆਂ ਕੈਦ ਕੀਤੀਆਂ ਭਾਈ ਨਵਾਹੂ ਸਿੰਘ। ਪਰ ਅਫਸੋਸ ਦੀ ਗੱਲ ਹੈ, ਸਿੱਖ ਪੰਥ ਨੇ ਕਦੇ ਸਾਨੂੰ ਗਲਾਂ ਲਾਇਆ ਹੀ ਨਹੀਂ। ਬਾਬਾ ਜੀਵਨ ਸਿੰਘ ਦਾ ਬੁੰਗਾ ਸੀ, ਮੈਂ ਬਡੂੰਗਰ ਸਾਹਿਬ ਚਲੇ ਗਏ ਨਾ ਸਵਾਲ ਕਰਨਾ ਸੀ ਯਾਰ, ਕਿਉਂਕਿ ਜਿਹੜੇ ਰਾਮਬੜੀਆ ਭਾਈਚਾਰਾ ਉਹ ਸਾਡੇ ਨਾਲ ਬਹੁਤ ਤਾਕਤਵਰ ਆ, ਉਹਨਾਂ ਕੋਲ ਜਾਇਦਾਦਾਂ ਨੇ, ਸਾਡਾ ਬੁੰਗਾ ਢਾ ਕੇ ਉੱਥੇ ਲੰਗਰ ਸਾਹਿਬ ਬਣਾਤਾ, ਐਂ ਕਹਿ ਲਿਖਣ ਦੇ ਉੱਤੇ ਵੀ ਆ ਬਾਬਾ ਜੀਵਨ ਸਿੰਘ ਦੇ ਨਾਂ 'ਤੇ ਲੰਗਰ, ਅਸੀਂ ਕਿਵੇਂ ਸ਼ਾਮਲ ਹੋ ਜਾਈਏ? ਮਾਫ ਕਰਨਾ, ਮੈਂ ਅੱਜ ਸਵੇਰੇ ਆਉਂਦੇ ਫੇਰ ਕਦੇ ਕਦੇ ਮੇਰਾ ਲੱਗਦਾ ਹੁੰਦਾ ਵੀ ਯਾਰ ਮੈਨੂੰ ਨਾ ਅੰਤਾਲੀਵੀਂ ਪੌੜੀ ਸੁਣਾਓ ਜੀ, ਮੈਂ ਕਿਹਾ ਪਾਠ ਦੀ, SBPC ਮੈਂਬਰ ਆ ਮੇਰੇ ਕੋਲ, 2 ਘੰਟੇ ਬਾਅਦ ਮੈਂ ਕਿਹਾ ਲੱਖ ਲਾਣ 'ਤੇ ਯਾਰ ਤੂੰ ਜੰਮਿਆ ਕਾਹਨੂੰ ਆ, 39ਵੀਂ ਪੌੜੀ ਹੁੰਦੇ ਨੇ 38ਵਾਂ ਸਲੋਕ ਹੈ। ਸੋ ਮੈਨੂੰ ਦੁੱਖ ਹੁੰਦਾ ਕਿ ਜੇ ਸਾਨੂੰ ਰਲਾਉਣਾ ਸਾਡੀ ਡੈਡੀਕੇਸ਼ਨ ਦੋ। ਮੈਂ ਕਦੇ ਕਦੇ ਅੰਤਰ ਕਰਦਾ ਨਾ, ਖਾਲਸਾ ਜੀ ਤਾਂ ਉਹ ਬੈਠੇ ਨੇ ਜਿਹੜੇ ਅਕਾਲ ਪੁਰਖ ਦਾ ਰੂਪ ਨੇ, ਜਿਹੜੇ ਗੁਰੂ ਗੋਬਿੰਦ ਸਿੰਘ ਦਾ ਰੂਪ ਨੇ, ਇੱਦੂ ਥੱਲੇ ਇਹ ਡਿਗਰੀ ਵੀ ਨਹੀਂ ਦਿੰਦੇ। ਮੈਂ ਸਿੱਖ ਧਰਮ 'ਤੇ ਦੋਸ਼ ਲਾ ਰਿਹਾ ਜੀ, ਕਿਉਂ ਲਾ ਰਿਹਾ? ਇੱਕ ਮੇਰੀ ਭੈਣ ਜੀ ਦੇ ਅਖੰਡ ਪਾਠ ਸੀ, ਮੈਂ ਕਿਹਾ ਵੀ ਮੈਂ ਬੜੇ ਦਿਨਾਂ ਬਾਅਦ ਅੱਜ ਮੈਂ ਪਾਠ ਕਰ ਲਾਂ, ਉੱਠਾਇਆ 2 ਮਿੰਟ ਬਾਅਦ ਉਹ ਕਦਮ ਜਾਨੀ ਜੀ ਕਹਿੰਦੇ ਮੁੱਕੇ ਦੀ ਗੱਲ ਆ ਵੀ ਡਾਂਗਾ ਮਾਰਨਗੇ ਸਤਿਕਾਰ ਕਮੇਟੀ ਵਾਲੇ। ਸਤਿਕਾਰ ਕਮੇਟੀ 'ਚ ਤਾਂ ਮੇਰਾ ਬਣੂਜਾ ਇੱਥੇ ਭਾਈ ਪਰਮਿੰਦਰ ਸਿੰਘ, ਉਹ ਮੇਰੇ ਖਿਆਲ ਸੂਬੇ ਦਾ ਇਹਨਾਂ ਦਾ ਹੈ ਕੋਈ ਲੀਡਰ ਹੈ, ਉਹ ਆ ਗਿਆ। ਮੈਂ ਉਹਨੂੰ ਵੀ ਇਹੀ ਸਵਾਲ ਕਰਕੇ ਮੈਂ ਕਿਹਾ ਯਾਰ ਤੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ, ਮੈਂ ਤੈਨੂੰ ਪੇਜ ਦਰ ਪੇਜ ਦੱਸੂੰਗਾ। ਨਿਰੁੱਤਰ ਮੈਂ ਕਿਹਾ ਯਾਰ ਕੀ ਕਰ ਰਹੇ ਹੋ, ਇਹ ਕਿਹੜੇ ਪਾੜੇ ਪਾ ਰਹੇ ਹੋ? ਜੇ ਸਾਨੂੰ ਤ੍ਰਿਪਤੀ ਬਾਲਾ ਜੀ ਦੇ ਮੰਦਰ 'ਚ ਕਿਸੇ ਸ਼ੂਦਰ ਨੂੰ ਜਾਣ ਦੀ ਮਨਾਹੀ ਹੈ, ਇਹੀ ਕੰਮ ਤੁਸੀਂ ਕਰ ਰਹੇ ਹੋ ਕਿ ਸਾਨੂੰ ਪਾਠ ਕਰਨ ਤੋਂ ਤੁਸੀਂ ਬੰਦ ਕਰੋਗੇ? ਔਰ ਅਸੀਂ ਇੱਕੇ ਹੋਏ, ਕੋਈ ਨਾ ਕੋਈ ਤਰਬ ਸਾਨੂੰ ਲੱਭਣਾ ਹੀ ਪੈਣਾ, ਅਸੀਂ ਕਿਤੇ ਹੋਰ ਨਾ ਚਲੇ ਜਾਈਏ? ਤੁਸੀਂ ਬਹੁਤ ਗਲਤੀਆਂ ਕਰਦੇ ਜਾ ਰਹੇ ਹੋ, ਕਿਵੇਂ ਚਲੇ ਜਾਈਏ ਮੈਨੂੰ ਇਹ ਦੱਸੋ। ਈਸਾਈ ਲੋਕ ਨੇ ਜਿਹੜੇ ਉਹ ਦੇਖੋ ਕਿੰਨਾ ਮਿਸ਼ਨਰੀ ਬਣ ਕੇ ਕੰਮ ਕਰ ਰਹੇ ਨੇ। ਯਾਦ ਆ ਲਾਭ ਸਿੰਘ ਭਾਮੀਆਂ ਨੂੰ 2007 'ਚ ਮਾੜੀ ਮਹਿੰਗਾ 'ਚ ਮੈਂ ਗਿਆ, ਕਹਿੰਦੇ ਮਜ਼੍ਹਬੀ ਸਿੱਖਾਂ 'ਚ ਤੂੰ ਜਾ ਯਾਰ ਬਾਦਲ ਸਾਹਿਬ, ਕਹਿੰਦੇ ਵੀ ਉੱਥੇ ਜਾਣਾ, ਜਾਂ ਦੇਖਿਆ ਸਾਰੇ ਹੀ ਈਸਾਈ 4200 ਦੀ 4200 ਵੋਟ, ਉਹ 600 ਵੋਟ ਉੱਥੇ ਜੱਟਾਂ ਦੀ। ਇਹ ਕਿੰਨੇ ਆ ਗਏ ਜੀ? ਕੀ ਇਹ ਗੁਰੂ ਨਾਨਕ ਸਾਹਿਬ ਤੋਂ ਵੱਡਾ ਫਲਸਫਾ ਇਹਨਾਂ ਕੋਲ, ਆਈਡਿਆਲੋਜੀ ਵੱਡੀ ਹੈ? ਨਹੀਂ, ਪਰ ਰੌਲਾ ਹੈ ਸਾਡਾ ਇੱਥੇ ਆ ਕੇ ਖੜਦਾ ਹੈ ਬਈ ਮਿੱਤਰੋ, ਅਸੀਂ ਆਰਥਿਕ ਤੌਰ 'ਤੇ ਕੋਈ ਗੱਲ ਨਹੀਂ ਕੀਤੀ, ਜਿੰਨੀ ਕੁ ਇੱਥੇ ਸਿੱਖੀ ਦੀ ਗੱਲ ਹੋਈ ਹੈ ਕਿ ਅਸੀਂ ਤਾਂ ਨਿਮਾਣੇ ਨਿਤਾਣੇ ਨਿਤ ਰਹੇ, ਹਾਂਜੀ ਸਾਡੀ ਤਾਂ ਕੋਈ ਧੇਰੀ ਹੈ ਨਹੀਂ, ਫਿਰ ਅਸੀਂ ਜਾਈਏ ਕਿੱਥੇ ਕਰੋ? ਤਾਂ ਮੈਂ ਕਹਿੰਦਾ ਨਨਕਾਣਾ ਸਾਹਿਬ ਵਾਲਿਆ ਮੈਨੂੰ ਕਹਿੰਦੇ ਪੋਤਰੇ ਨੂੰ ਕਰਾਉਣਾ ਜੀ, ਕਹਿੰਦੇ 28,000 ਰੁਪਇਆ ਦੇ ਦਿਓ ਐਡਮਿਸ਼ਨ ਫੀ, ਇਹ ਸਿੱਖੀ ਵਧਾਉਣ ਵਾਲੀ ਗੱਲ ਹੈ? ਪੈਸੇ ਤੁਸੀਂ ਤਨਖਾਹ ਤੁਹਾਨੂੰ SBPC ਦਿੰਦੀ ਆ। ਸੋ ਇਹ ਹੈ ਜਿਹੜਾ ਇਹ ਫਲਸਫਾ, ਹੁਣ ਮੈਂ ਤੁਹਾਡੇ ਨਾਲ ਗੱਲਾਂ 'ਤੇ ਫਿਰ ਦੁਬਾਰਾ ਤੋਂ ਆ ਜਾਵਾਂ। ਮੈਨੂੰ ਅੱਜ ਵੀ ਲੱਗਦਾ ਵੀ ਸਿੱਖ ਧਰਮ ਨੂੰ ਲਾਜ਼ਮੀ ਸਟੱਡੀ ਕੀਤਾ ਹੋਵੇਗਾ ਅੰਬੇਦਕਰ ਸਾਹਿਬ ਨੇ, ਮੈਂ ਲੈ ਕੇ ਆਊਂਗਾ ਅਤੇ ਫਿਰ ਮੈਂ ਸ਼ਾਇਦ ਹੋ ਸਕਦਾ ਬੁੱਕਸ ਮੈਂ ਤੁਹਾਨੂੰ ਹੋਰ ਵੀ ਗਿਆ। ਤੀਸਰੀ ਚੀਜ਼, ਤੁਸੀਂ ਇੱਕ ਸੁਪਨਾ ਲਿਆ ਜਿਹਦੇ 'ਚ ਕਿਹਾ ਵੀ ਆਹ ਦਲਤ ਜਾਂ ਪਛੜੇ ਹੋਏ ਲੀਡਰ ਹੋ ਸਕਦੇ ਨੇ, ਜਿਹਨਾਂ ਤੁਸੀਂ ਮਾਇਆਵਤੀ ਜੀ ਅਖਿਲੇਸ਼ ਯਾਦਵ ਵਗੈਰਾ ਪਿੱਛੇ ਲਿਖੇ ਨੇ,
ਇਹਨਾਂ 'ਚ ਕੋਈ ਵੀ ਮਿੱਤਰ ਸਾਡਾ ਨਹੀਂ ਸੀ ਉੱਥੇ। ਉਹ ਤੋਂ ਬਾਅਦ ਗਲਤਾਂ 'ਤੇ ਜ਼ੁਲਮ ਬੰਦ ਹੋ ਗਏ, ਜਿੰਨੇ ਗੁਜਰਾਤ 'ਚ ਹੋ ਰਹੇ ਨੇ ਉਨੇ ਹੀ ਉੱਥੇ ਹੋ ਰਹੇ ਨੇ। ਕੀ ਉਹਨਾਂ ਨੇ ਉੱਥੇ ਯੂਪੀ ਦੇ ਵਿੱਚ ਅਖਿਲੇਸ਼ ਯਾਦਵ ਨੇ ਕੀ ਦਲਿਤਾਂ ਨੂੰ ਮੰਦਰਾਂ ਦੇ ਵਿੱਚ ਵਾੜਿਆ, ਕਿਤੇ ਉਹਨਾਂ ਨੂੰ ਦਰਸ਼ਨ ਕਰ ਲਏ? ਠੀਕ ਆ, ਉਹਨਾਂ ਦੀ ਆਸਥਾ, ਉਹ ਜਾਂਦੇ ਨੇ, ਕਦੇ ਨਹੀਂ ਵਾੜਨਗੇ। ਇਹ ਸਾਨੂੰ ਨਹੀਂ ਚਾਹੀਦੇ, ਜਿਹੜੀ ਇਹ ਸੌੜੀ ਅਤੇ ਗੰਦੀ ਸਿਆਸਤ ਆ, ਇਹ ਜਦੋਂ ਤੱਕ ਪਰੇ ਨਹੀਂ ਹੁੰਦੇ, ਜਿਸ ਦਿਨ ਇਹ ਸਿਆਸਤ ਵਿੱਚੋਂ ਨਿਕਲ ਗਈ। ਆ ਦੇਖਣ ਹੁਣ 70 ਸੁਪਰੀਮ ਕੋਰਟ ਦੇ ਜੱਜ ਰੱਖੇ ਨੇ ਕੋਲ, ਇੱਕ ਜੱਜ ਉਹ ਕੀ ਉਹਦਾ ਨਾਮ ਬਿਪਿਨ ਚੰਦਰ ਜਾ, ਉਹ ਕਹਿੰਦਾ ਕੀ ਸਿੱਖ ਲਈ ਪੱਗ ਬੰਨਣੀ ਜ਼ਰੂਰੀ ਹੈ। ਮੈਂ ਕਹਿੰਦਾ ਜੇ ਮੈਂ ਹੁੰਦਾ ਮੈਂ ਜੁੱਤੀਆਂ ਨਾਲ ਕੁੱਟਦਾ ਉਹਨੂੰ। ਉਹ ਭਲਿਆ ਮਾਨਸਾ ਤੋਂ ਹਿੰਦੁਸਤਾਨ 'ਚ ਰਹਿਣਾ, ਸਾਡੇ ਬਜ਼ੁਰਗ ਦੀ ਮਿੱਤੇ ਵੀ ਮੈਨੂੰ ਸ਼ਰਮ ਆਉਂਦੀ ਆ ਵੀ ਜਿਹੜਾ ਨੌਵਾਂ ਗੁਰੂ ਸਾਡਾ ਤੁਹਾਡੇ ਵਾਸਤੇ ਸੀਸ ਦੇ ਗਿਆ ਅਤੇ ਤੈਨੂੰ ਪੱਗ ਦੀ ਮਹੱਤਤਾ ਦਾ ਹੀ ਅਜੇ ਤੱਕ ਪਤਾ ਨਹੀਂ। ਲੱਖ ਲਾਹਣ ਖਸਰੇ, ਅਸੀਂ ਕਿਹੜੇ ਮੁਲਕ ਦੇ ਵਿੱਚ ਰਹਿੰਦੇ ਹਾਂ, ਸਾਡੀ ਕਿਹੜੀ ਆਜ਼ਾਦੀ ਆ? ਸੋ ਇਹ ਗੱਲਾਂ ਦੇ ਲਈ ਸਾਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਜਾਣਾ ਚਾਹੀਦਾ। ਇਹ ਪਾਰਟੀਆਂ ਸਾਰੀਆਂ ਲੋਕੂ ਮਾਮਲਾ, ਗੱਦੀ ਦੀ ਖਾਤਰ ਲੜਦੀਆਂ ਨੇ। ਬਾਦਲ ਸਾਹਿਬ ਬਿਲਕੁਲ ਨਹੀਂ ਬੋਲੇ ਉੱਥੇ, ਨਾ ਕੈਪਟਨ ਬੋਲਿਆ। ਜਿਹਨਾਂ ਦਾ ਕਰੈਕਟਰ ਹੀ ਇਹੋ ਜਿਹਾ ਹੋਵੇ, ਉਹਨਾਂ ਦੇ ਮਾਮਲੇ ਦੇ ਵਿੱਚ ਅਸੀਂ ਕਿੱਥੇ ਜਾਈਏ, ਕਿਵੇਂ ਮੰਨ ਲਈਏ ਅਸੀਂ? ਜਿਸ ਦਿਨ SGPC ਤਹੱਈਆ ਕਰ ਲਈ ਗਈ ਕਿ ਦਲਿਤਾਂ ਦੇ ਬੱਚੇ ਇੱਥੇ ਪੜ੍ਹਨਗੇ, ਉਹਨਾਂ ਦੀਆਂ ਫੀਸਾਂ ਗੌਰਮੈਂਟ ਦਾ ਨਹੀਂ, ਅਸੀਂ ਸਾਰਾ ਕੁਛ ਕਰਾਂਗੇ। ਜਿਸ ਦਿਨ ਉਹ ਕਹਿਣਗੇ ਵੀ ਆਰਥਿਕ ਤੌਰ 'ਤੇ ਜਿਹੜੀ ਆਰਥਿਕ ਲੜਾਈ ਆ ਸਾਡੀ, ਇਹਨੂੰ ਉਸ ਮੁਕਾਮ ਤੱਕ ਪਹੁੰਚਾਵਾਂਗੇ। ਕਿਉਂਕਿ ਅਸੀਂ, ਮੈਂ ਜਗੀਰੂ ਵਾਲੀ ਦੀ ਗੱਲ ਨਹੀਂ ਕਰ ਰਿਹਾ, ਜਗੀਰੂ ਵਿਚਾਰ ਨੇ ਇਹ ਦੋ ਚਾਰ ਕਿੱਲਿਆਣਾ ਦੇ। ਇਹ ਤੋਂ ਬਾਅਦ ਇੱਕ ਹੋਰ ਬੈਠੀ ਆ ਵੱਡੀ ਬਿਮਾਰੀ, ਉਹ ਆ ਸਰਮਾਏਦਾਰੀ, ਜਿਹੜੀ ਇੱਥੇ ਕਦੇ ਸਾਡੇ ਪਿੰਡਾਂ 'ਚ ਕਿਸੇ ਧੀ ਭੈਣ ਦੀ ਇੱਜ਼ਤ ਨੂੰ ਹੱਥ ਪਾਉਂਦੇ ਤਾਂ ਲੋਕ ਇਕੱਠੇ ਹੋ ਕੇ ਉਹਨਾਂ ਦੀ ਕੋਈ ਆਵਾਜ਼ ਬੁਲੰਦੀ ਦੇ। ਅੱਜ ਤਾਂ ਸਾਨੂੰ ਲੈ ਕੇ ਇੱਥੇ ਆ ਗਏ ਵੀ ਸਾਡੀਆਂ ਧੀਆਂ ਭੈਣਾਂ ਆਪਣੇ ਆਪ ਵਿਕਣ ਦਾ ਸਮਾਨ ਬਾਜ਼ਾਰਾਂ ਦੇ ਵਿੱਚ ਜਾਂਦੀਆਂ ਨੇ, ਪਰ ਲੇਕਿਨ ਖਰੀਦਦਾਰ ਕੋਈ ਨਹੀਂ ਹੈ। ਇਸ ਤੋਂ ਵੱਡੀ ਸਾਡੀ ਟ੍ਰੈਜਡੀ ਕੀ ਹੋ ਸਕਦੀ ਹੈ? ਸੋ ਇਹਨਾਂ ਗੱਲਾਂ ਵੱਲ ਧਿਆਨ ਦਿਓ ਜੇ ਸਿੱਖ ਪੰਥ ਨੂੰ ਵਧਾਉਣਾ, ਨਹੀਂ ਤਾਂ ਭਾਈ ਇਹ ਫਿਰ ਜਿਵੇਂ ਉਹ ਬਾਕੀ ਰੌਲਾ ਉਵੇਂ ਚੱਲਦਾ ਚਲਾ ਜਾਏਗਾ। ਅਤੇ ਦੂਸਰੀ ਗੱਲ, ਅੰਬੇਦਕਰ ਸਾਹਿਬ 'ਤੇ ਮੈਂ ਕਹਿੰਦਾ ਵੀ ਉਹ ਵੀ ਮਨੁੱਖ ਸੀਗੇ, 16 ਗੱਲਾਂ ਸਪੂਰਨ ਨੂੰ ਕਿਹੜਾ ਕ੍ਰਿਸ਼ਨ ਚੰਦਰ ਮਹਾਰਾਜ ਸੀਗੇ ਬਈ। ਇੱਕ ਸੈਕਿੰਡ ਬਾਅਦ ਲੈ ਕੇ ਮੈਂ ਗੱਲ ਖਤਮ ਕਰ ਲੈਣੀ ਆ। ਆਸਾ ਦੀ ਵਾਰ 'ਚ ਜਿੰਨੀ ਗੁਰੂ ਨਾਨਕ ਦੇਵ ਜੀ ਨੇ ਉਹਦੀ ਬੇਇੱਜ਼ਤੀ ਕੀਤੀ ਆ, ਅਸੀਂ ਸਮਝ ਨਹੀਂ, ਅਸੀਂ ਅੱਜ ਵੀ ਮੰਦਰਾਂ 'ਚ ਤੁਰੇ ਫਿਰਦੇ ਹਾਂ। ਜੁੱਜ ਮੈਂ ਜੋਰ ਸ਼੍ਰੀ ਚੰਦਰਾਵਲ ਕਾਨ ਕ੍ਰਿਸ਼ਨ ਜਾਦੋਂ ਕਿਹਾ, ਪਾਰ ਜਾਤ ਗੋਪੀ ਲੈ ਆ ਬ੍ਰਿੰਦਾਵਨ ਮੈਂ ਰੰਕੀਆ। ਸੋ ਇਹ ਜਿਹੀਆਂ ਜਿਹੜੀਆਂ ਨੇ ਅਸੀਂ ਗੁਰੂ ਸਾਹਿਬ ਨੂੰ ਸਿਰਫ ਪਾਠ ਕਰਨਾ ਹੀ ਵਰਤਦੇ ਹਾਂ, ਉਹਨੂੰ ਨਾ ਜਿਵੇਂ ਦਾਰੂ ਪੀਣ ਵਾਲਾ ਸ਼ਰਾਬੀ ਸ਼ਾਨ ਹੈ ਪੈਗ ਲਾ ਕੇ ਸਵਾਦ ਲੈਂਦਾ, ਤਾਂ ਇੱਦਾਂ ਅਸੀਂ ਕਦੇ ਬਾਣੀ ਨੂੰ ਪੜਿਆ ਹੀ ਨਹੀਂ, ਨਾ ਉਹ 'ਤੇ ਅਮਲ ਕੀਤਾ ਵੀ ਇਹ ਹੈ ਕੀ ਆ। ਜਿਸ ਦਿਨ ਇਹ ਕਰ ਲਿਆ ਤਾਂ ਉਸ ਦਿਨ ਅਸੀਂ ਭਰ ਜਾਵਾਂਗੇ। ਇਹ ਮੇਰਾ ਸਿੱਖ ਸਮਾਜ ਨੂੰ ਸੁਨੇਹਾ। ਬਾਬਾ ਸਾਹਿਬ ਅੰਬੇਦਕਰ ਠੀਕ ਹੈ, ਹੋ ਸਕਦਾ ਯਾਰ ਗਲਤੀ ਹੋਈ ਹੋਵੇ, ਪਰ ਲੇਕਿਨ ਸਾਡੇ ਲਈ ਉਹ ਰੱਬ ਆ ਯਾਰੋ। ਸਾਨੂੰ ਕਦੇ ਕਿਹੜੇ ਭੜੂਏ ਨੇ ਪੁੱਛਣਾ ਸੀ, ਇੱਥੇ ਕਿਤੇ ਕੋਈ ਦਵਾਈਆਂ ਨਹੀਂ ਸੀ। ਸਾਡੇ ਲਈ ਉਹ ਖੁਦਾ ਸਾਡਾ ਅੱਲਾ ਜਿਹੜਾ ਸਾਨੂੰ ਚੌਥੇ ਹਿੱਸੇ ਦੇ ਵਿੱਚ ਸਾਨੂੰ ਉਹ ਵੋਟ ਦਾ ਅਧਿਕਾਰ ਦੇ ਗਿਆ। ਅੱਜ ਇਹਨਾਂ ਨੂੰ ਰਿੰਕੇ ਭਾਵੇਂ ਖਾਨਾ ਪੂਰਤੀ ਹੋਈ ਸਹੀ, ਇਹਨਾਂ ਨੂੰ ਕਰਨੀ ਪੈਂਦੀ ਆ। ਪਰ ਆਪਾਂ ਆਪਣਾ ਪੰਥ ਵਧਾਈਏ, ਜਿਸ ਦਿਨ ਆਪਣਾ ਪੰਥ ਵੱਧ ਗਿਆ ਅਤੇ ਫਿਰ ਅਸੀਂ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਦਾ ਆਸਰਾ ਲੈ ਕੇ ਆਪਣੀ ਲੜਾਈ ਆਪ ਲੜਾਂਗੇ ਔਰ ਅੰਤਿਮ ਸਾਹਾਂ ਤੱਕ ਲੜਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।